ਅਸੀਂ ਵੇਖਦੇ ਆਏ ਹਾਂ ਕਿ ਲੱਕੜਾਂ ਨਾਲ ਹੀ ਸੰਸਕਾਰ ਜਿਹੜਾ ਉਹ ਕੀਤਾ ਜਾਂਦਾ, ਪਰ ਪਠਾਨਕੋਟ ਦੇ ਕੁਝ ਲੋਕਾਂ ਵੱਲੋਂ ਉਪਰਾਲਾ ਕੀਤਾ ਗਿਆ ਅਤੇ ਹੁਣ ਗਊ ਦਾ ਜਿਹੜਾ ਗੋਬਰ ਆ ਉਹਦੇ ਨਾਲ ਜਿਹੜਾ ਆ ਲੱਕੜ ਤਿਆਰ ਕਰਕੇ ਸੰਸਕਾਰ ਕੀਤਾ ਜਾ ਰਹੇ ਨੇ। ਤਸਵੀਰਾਂ ਪਿੱਛੇ ਨਹੀਂ ਦੇਖ ਸਕਦੇ ਹੋ ਕਿ ਗੋਬਰ ਇੱਥੇ ਪਿਆ ਹੋਇਆ ਅਤੇ ਇਸੇ ਗੋਬਰ ਦੇ ਰਾਹੀਂ ਜਿਹੜਾ ਆ ਗੋਬਰ ਦੀਆਂ ਜਿਹੜੀਆਂ ਉਹ ਬਾਲਣ ਬਣਾਇਆ ਜਾਂਦਾ। ਇੱਥੇ ਪਿੱਛੇ ਮਸ਼ੀਨਾਂ ਵੀ ਲੱਗੀਆਂ ਹੋਈਆਂ, ਮਸ਼ੀਨਾਂ ਵੀ ਤੁਸੀਂ ਦੇਖ ਸਕਦੇ ਹੋ, ਔਰ ਕਾਫੀ ਸਾਰੇ ਇੱਥੇ ਜਿਹੜੀਆਂ ਲੱਕੜ ਜਿਹੜੀ ਬਣਾਈ ਗਈ ਆ ਉਹ ਵੀ ਤੁਹਾਨੂੰ ਨਜ਼ਰ ਆ ਰਹੀ ਹੋਏਗੀ। ਸੋ ਲਿਹਾਜ਼ਾ ਜਿੱਥੇ ਲੱਕੜ ਦੇ ਨਾਲ ਪਰਿਆਵਰਣ ਦਾ ਨੁਕਸਾਨ ਹੁੰਦਾ ਸੀਗਾ ਉੱਥੇ ਹੀ ਹੁਣ ਗੋਬਰ ਦੇ ਨਾਲ ਜਿਹੜਾ ਆ ਦਾਹ ਸੰਸਕਾਰ ਕੀਤੇ ਜਾਣਗੇ ਤਾਂ ਜੋ ਪਰਿਆਵਰਣ ਨੂੰ ਬਚਾਇਆ ਜਾ ਸਕੇ ਅਤੇ ਨਾਲ ਦੀ ਨਾਲ ਜਿਹੜਾ ਪੋਲਿਊਸ਼ਨ ਹੁੰਦਾ ਉਹਨੂੰ ਵੀ ਕਿਤੇ ਨਾ ਕਿਤੇ ਕਾਬੂ ਪਾਇਆ ਜਾ ਸਕੇ। ਸ਼ੁਰੂ ਕੀਤਾ ਸੀ ਉਦੋਂ ਕਾਫੀ ਇਹਦੇ 'ਚ ਦਿੱਕਤਾਂ ਆਈਆਂ, ਸਾਨੂੰ ਗੋਬਰ ਲੈਣ ਲਈ ਇੱਧਰ ਉੱਧਰ ਦੌੜਨਾ ਪੈਂਦਾ ਸੀ, ਲੇਕਿਨ ਉਹਦੇ ਬਾਅਦ ਅਸੀਂ ਗਊਸ਼ਾਲਾ ਪਠਾਨਕੋਟ ਵਾਲੀ ਅਤੇ ਡੇਰੀਵਾਲ ਵਾਲੀ ਨਾਲ ਕੰਟੈਕਟ ਕੀਤਾ। ਉੱਥੇ ਫਿਰ ਅਸੀਂ ਟਰਾਲੀ ਭੇਜ ਦਿੰਦੇ ਹਾਂ, ਉਹ ਗੋਬਰ ਭਰ ਕੇ ਸਾਨੂੰ ਭੇਜ ਦਿੰਦੇ ਨੇ ਅਤੇ ਉਹੀ ਅਸੀਂ ਗੋਬਰ ਨੂੰ ਯੂਜ਼ ਕਰਦੇ ਹਾਂ। ਉਹਦੇ 'ਚ ਕੋਈ ਕੈਮੀਕਲ ਕਿਸੇ ਤਰ੍ਹਾਂ ਦੀ, ਕੋਈ ਫਰਟੀਲਾਈਜ਼ਰ ਅਸੀਂ ਕੋਈ ਚੀਜ਼ ਨਹੀਂ ਪਾਉਂਦੇ, ਪਿਓਰ ਗੋਬਰ ਦੀਆਂ ਸੰਦਾਂ ਬਣਦੀਆਂ ਨੇ। ਇੱਥੇ ਫੈਕਟਰੀ ਲੱਗੀ ਹੈ, ਕੋਈ ਵੀ ਕਿਸੇ ਵੇਲੇ ਵੀ ਆ ਕੇ ਇਹਨੂੰ ਚੈੱਕ ਕਰਨਾ ਚਾਹੀਦਾ, ਚੈੱਕ ਕਰ ਸਕਦਾ। ਇਹਦੇ 'ਚ ਕਿਸੇ ਦਾ ਵੀ ਕੋਈ ਨੁਕਸਾਨ ਨਹੀਂ ਹੈਗਾ, ਉਲਟੇ ਸ਼ਹਿਰ ਵਾਸੀਆਂ ਦਾ ਵੀ ਫਾਇਦਾ ਅਤੇ ਲੱਕੜ ਦਾ ਵੀ ਫਾਇਦਾ, ਤਾਂ ਕਿ ਲੱਕੜ ਬਚੇਗੀ ਔਰ ਸਾਡਾ ਪਰਿਆਵਰਣ ਦਾ ਨੁਕਸਾਨ ਨਹੀਂ ਹੋਏਗਾ। ਔਰ ਇਹਦੇ ਨਾਲ ਅਵੇਅਰਨੈਸ ਲੋਕਾਂ ਨੂੰ ਬੜੀ ਆਏਗੀ। ਸਭ ਤੋਂ ਵੱਡਾ ਫਾਇਦਾ ਕੀ ਹੈ, ਜਦੋਂ ਅਸੀਂ ਸੰਸਕਾਰ ਕਰਨੇ ਹਾਂ ਤਾਂ ਲੱਕੜੀ ਦੀਆਂ ਸੰਤਾਵਾਂ ਦੇ ਕੋਲੇ ਬਣ ਜਾਂਦੇ ਨੇ, ਉਹਦੇ ਨਾਲ ਫੁੱਲ ਵਿੱਚ ਮਿਕਸ ਹੋ ਜਾਂਦੇ, ਪਤਾ ਲੱਗਦਾ ਲੱਕੜੀ ਕਿਹੜੀ ਹੈ, ਕੋਲੇ ਕਿਹੜੇ ਨੇ, ਫੁੱਲ ਕਿਹੜੇ ਨੇ। ਲੇਕਿਨ ਜਦੋਂ ਅਸੀਂ ਗੋਬਰ ਦੇ ਨਾਲ ਕਰਨੇ ਹਾਂ, ਗੋਬਰ ਦੀ ਰਾਖ ਥੱਲੇ ਬੈਠ ਜਾਂਦੀ ਹੈ ਅਤੇ ਫੁੱਲ ਉੱਪਰ ਆ ਜਾਂਦੇ ਨੇ, ਉਹਦੇ ਨਾਲ ਸਾਨੂੰ ਫੁੱਲ ਚੁੱਕਣ 'ਚ ਬੜੀ ਆਸਾਨੀ ਹੁੰਦੀ ਹੈ। ਅਸੀਂ ਘੱਟੋ ਘੱਟ 4-5 ਲਵਾਰਿਸ ਲਾਸ਼ਾਂ ਦੇ ਸੰਸਕਾਰ ਕਰਕੇ ਪਹਿਲਾਂ ਇਹਨੂੰ ਐਕਸਪੈਰੀਮੈਂਟ ਕੀਤਾ, ਉਹਦੇ ਬਾਅਦ ਅਸੀਂ ਇਹਨਾਂ ਨੂੰ ਹਾਈਲਾਈਟ ਕਰਕੇ ਅਤੇ ਇਹਨੂੰ ਪ੍ਰੋਜੈਕਟ ਨੂੰ ਸ਼ੁਰੂਆਤ ਕੀਤੀ ਹੈ। ਸਰ, ਲੱਕੜ ਦੇ ਮੁਕਾਬਲੇ ਕੀ ਕੋਸਟ ਪੈਂਦੀ ਹੈ? ਲੱਕੜ ਪੈਂਦੀ ਹੈ ਜੀ ਲਗਭਗ, ਇਹ ਲੈਂਦੇ ਨੇ ਕੋਈ 4500 ਲੈਂਦਾ, ਕੋਈ 5000 ਲੈਂਦਾ, ਕੋਈ 5500 ਲੈਂਦਾ। ਅਸੀਂ 3500 ਰੁਪਏ ਲੈਂਦੇ ਜੀ ਕਿਰਾਇਆ ਵਿੱਚ ਆ ਜਾਂਦਾ, ਅਸੀਂ ਉੱਥੇ ਪ੍ਰੋਵਾਈਡ ਕਰ ਰਹੇ ਹਾਂ ਇਹਨੂੰ ਸ਼ਮਸ਼ਾਨ ਘਾਟ 'ਚ। ਉਹਦੇ ਵਾਸਤੇ ਸਾਡੇ ਹਰ ਸ਼ਮਸ਼ਾਨ ਘਾਟ ਦੇ ਹਰ ਬੋਰਡ ਦੇ ਉੱਤੇ 7-8 ਨੰਬਰ ਲਿਖੇ ਗਏ ਨੇ, ਤੁਸੀਂ ਕਿਸੇ ਨੂੰ ਵੀ ਕੰਟੈਕਟ ਕਰੋ, ਟਾਈਮ ਦੇ ਦਿਓ, 9 ਵਜੇ ਤੋਂ ਪਹਿਲਾਂ ਉੱਥੇ ਲੱਕੜ ਪ੍ਰੋਵਾਈਡ ਹੋਏਗੀ। ਔਰ ਇਹਦੇ 'ਚ ਫਰੇ ਲਾਉਣ ਦੀ ਵੀ ਲੋੜ ਨਹੀਂ ਪੈਂਦੀ, ਅਸੀਂ ਗਰੀ ਦਾ ਗੋਲਾ ਔਰ ਨਾਲ ਕਪੂਰ ਭੇਜ ਦੇਣਾ, ਉਹਦੇ ਨਾਲ ਤੁਹਾਨੂੰ ਗੋਬਰ ਦੀ ਲੱਕੜੀ ਨਾਲੀ ਦੁਆਰਾ ਸਾਰਾ ਸੰਸਕਾਰ ਜਿਹੜਾ ਉਹ ਕਲੀਅਰ ਹੋ ਜਾਣਾ। 180 ਸਮਾਂ ਨਾਲ ਸੰਸਕਾਰ ਹੁੰਦਾ, ਲੇਕਿਨ ਅਸੀਂ 200 ਭੇਜਦੇ ਹਾਂ, ਤਾਂ ਕਿ ਕਿਸੇ ਵੇਲੇ ਬੋਡੀ ਬਿਮਾਰੀ ਵਾਲੀ ਹੁੰਦੀ ਹੈ ਜਾਂ ਕੈਮੀਕਲ ਉਹਦੇ 'ਚ ਬੜਾ ਹੁੰਦਾ ਅਤੇ ਉਹਦੇ 'ਚ ਉਹਨੂੰ ਚੱਲਣ 'ਚ ਥੋੜ੍ਹੀ ਪਰੇਸ਼ਾਨੀ ਹੁੰਦੀ ਹੈ। ਅਸੀਂ 20-25-30 ਸੰਦਾਂ ਫਾਲਤੂ ਭੇਜ ਦਿੰਦੇ ਹਾਂ ਤਾਂ ਕਿ ਉਹਨੂੰ ਪਰੇਸ਼ਾਨੀ ਨਾ ਹੋਏ ਅਤੇ ਜਿਹੜੀ ਸੰਦਾਂ ਬਾਅਦ 'ਚ ਪਾਣੀ ਪੈਣ ਉਹ ਆ ਕੇ ਉਹਨੂੰ ਸੰਸਕਾਰ ਅੱਛੀ ਤਰ੍ਹਾਂ ਹੋ ਜਾਵੇ। ਅਸੀਂ ਹਵਨ ਨੂੰ ਜ਼ਿਆਦਾ ਪ੍ਰਮੋਟ ਕਰਦੇ ਕਿਉਂਕਿ ਹਵਨ ਆਪਣੇ ਆਪ ਦੇ ਵਿੱਚ ਪਰਿਆਵਰਣ ਨੂੰ ਸ਼ੁੱਧ ਕਰਦਾ, ਉਹਨੂੰ ਉਹਦਾ ਬੈਲੈਂਸ ਬਰਾਬਰ ਕਰਨ ਨੂੰ ਬਹੁਤ ਮਦਦ ਕਰਦਾ। ਅਸੀਂ ਉਹਦੇ ਵਿੱਚ ਜਿਹੜੀ ਲੱਕੜੀ ਦੀ ਸੰਵਿਧਾ ਯੂਜ਼ ਕਰਦੇ ਸੀ ਉਹਦੀ ਜਗ੍ਹਾ ਅਸੀਂ ਗੋਬਰ ਦੀ ਸੰਵਿਧਾ ਯੂਜ਼ ਕਰਨੀਆਂ ਸ਼ੁਰੂ ਕਰਵਾਈਆਂ। ਉਹ ਸਾਡਾ ਵੱਖਰਾ ਪ੍ਰੋਜੈਕਟ ਸੀ। ਉਹਦੇ ਨਾਲ ਨਾਲ ਇੱਕ ਸਾਡੇ ਮਨ 'ਚ ਬਹੁਤ ਵੱਡਾ ਵਿਚਾਰ ਸੀ ਕਿ ਸੰਸਕਾਰ ਵਾਸਤੇ ਬਹੁਤ ਜ਼ਿਆਦਾ ਲੱਕੜੀ ਇਸਤੇਮਾਲ ਹੁੰਦੀ ਹੈ ਔਰ ਲੱਕੜੀ ਕਈ ਵਾਰੀ ਗਿੱਲੀ ਜਾਂਦੀ, ਕਈ ਵਾਰੀ ਸੁੱਕੀ ਜਾਂਦੀ, ਕਈ ਵਾਰੀ ਸੰਸਕਾਰ ਪੂਰਾ ਹੁੰਦਾ ਵੀ ਨਹੀਂ ਉਹਦੇ ਨਾਲ, ਬਹੁਤ ਜ਼ਿਆਦਾ ਮਿਹਨਤ ਵੀ ਕਰਨੀ ਪੈਂਦੀ ਹੈ। ਉਹਦਾ ਬਦਲ ਅਸੀਂ ਸੋਚਿਆ ਕਿ ਜਿਹੜੀ ਗੋਬਰ ਦੀ ਬਣੀ ਸੰਵਿਧਾ ਹੈ ਇਹਦੇ ਨਾਲ ਇਹ ਸਾਰਾ ਕੁਝ ਕੀਤਾ ਜਾਏ ਔਰ ਗੋਬਰ ਦੀ ਸੰਵਿਧਾ ਇਸਤੇਮਾਲ ਕਰਨ ਨਾਲ ਇੱਕ ਤਾਂ ਪੇੜਾਂ ਦੀ ਕਟਾਨ ਰੁਕੇਗਾ, ਗਾਏ ਦੀ ਗੋਬਰ ਨੂੰ ਸੰਭਾਲਣ ਦੀ ਬੜੀ ਵੱਡੀ ਸਮੱਸਿਆ ਹੈ ਔਰ ਉਹਦਾ ਇੱਕ ਸਮੱਸਿਆ ਦਾ ਵੀ ਹੱਲ ਇਹ ਹੈ। ਕਈ ਜਗ੍ਹਾ 'ਤੇ ਪੰਜਾਬ ਸਰਕਾਰ ਨੇ ਵੀ ਇਸ ਨੂੰ ਪ੍ਰਮੋਟ ਕੀਤਾ, ਉਹਨਾਂ ਨੇ ਕਈ ਜਗ੍ਹਾ 'ਤੇ ਮਸ਼ੀਨਾਂ ਵੀ ਦਿੱਤੀਆਂ ਲਗਾਉਣ ਵਾਸਤੇ, ਸੰਵਿਧਾ ਬਣਾਉਣ ਵਾਸਤੇ, ਲੇਕਿਨ ਉਹ ਇੰਨੀ ਜ਼ਿਆਦਾ ਸ਼ਾਇਦ ਪਤਾ ਨਹੀਂ ਕਿੰਨਾ ਕਾਮਯਾਬ ਹੋਇਆ, ਲੇਕਿਨ ਅਸੀਂ ਆਪਣੇ ਲੈਵਲ 'ਤੇ ਕਾਫੀ ਮਿਹਨਤ ਕਰ ਰਹੇ ਹਾਂ ਕਿ ਇਹ ਪ੍ਰੋਜੈਕਟ ਸਾਡਾ ਕਾਮਯਾਬ ਹੋਏ, ਕੁਛ ਲੋਕਾਂ ਦੇ ਵਿੱਚ ਅਵੇਅਰਨੈਸ ਆਏ, ਲੱਕੜੀ ਦਾ ਇਸਤੇਮਾਲ ਘੱਟ ਗਿਆ। ਔਰ ਇਹ ਜਿਹੜਾ ਹੈ ਇਹਦਾ ਰੇਟ ਜਿਹੜੀ ਕੋਸਟ ਕਿੰਨੀ ਕੁ ਪੈਂਦੀ ਹੈ ਕਿਸੇ ਨੂੰ? ਇਹ ਇੱਕ ਸੰਸਕਾਰ ਵਾਸਤੇ 3500 ਰੁਪਇਆ ਕੋਸਟ ਕਰਦਾ ਜੀ, ਲੇਕਿਨ ਉਹ ਜਿਹੜੀ ਲੱਕੜੀ ਦੀ ਕੋਸਟ ਤੋਂ ਕਾਫੀ ਘੱਟ ਹੈ, ਉਹ ਆਮ ਤੌਰ 'ਤੇ ਸੁਣਨ 'ਚ ਆਇਆ 6 ਜਾਂ 7000 ਲੈਂਦੇ ਆ, ਮੈਨੂੰ ਬਹੁਤ ਜ਼ਿਆਦਾ ਜਾਣਕਾਰੀ ਨਹੀਂ ਹੈ।
ਲੇਕਿਨ ਮੇਰਾ ਇਸ ਉਸ ਹਿਸਾਬ ਦੇ ਨਾਲ ਸਾਡਾ ਸਮੇਂ ਦਾ ਜਿਹੜਾ ਖਰਚਾ ਘੱਟ ਪੈਂਦਾ। ਪ੍ਰਸ਼ਾਸਨ ਨੇ ਸਾਨੂੰ ਬਹੁਤ ਜ਼ਿਆਦਾ ਯੋਗਦਾਨ ਦਿੱਤਾ ਜੀ ਉਹਨਾਂ ਦਾ, ਕਿਉਂਕਿ ਪੰਜਾਬ ਸਰਕਾਰ ਵੱਲੋਂ ਵੀ ਇਸ ਗੱਲ ਨੂੰ ਪ੍ਰਮੋਟ ਕੀਤਾ ਜਾਂਦਾ ਕਿ ਗੋਬਰ ਦਾ ਇਸਤੇਮਾਲ ਕੀਤਾ ਜਾਏ, ਤਾਂ ਉਹਨਾਂ ਨੇ ਆਪਣੇ ਸਾਡੇ ਨਾਲ ਸਹਿਮਤ ਹੋ ਕੇ ਸਭ ਸ਼ਮਸ਼ਾਨ ਘਾਟਾਂ ਦੇ ਵਿੱਚ ਬੋਰਡ, ਫਲੈਕਸ ਬੋਰਡ ਲਗਵਾਏ ਹੈ ਤਾਂ ਕਿ ਲੋਕਾਂ ਨੂੰ ਅਵੇਅਰਨੈਸ ਹੋਏ। ਉਹਦੇ ਵਿੱਚ ਪ੍ਰਸ਼ਾਸਨ, ਲੋਕਲ ਪ੍ਰਸ਼ਾਸਨ ਦਾ ਵੀ ਨਾਮ ਹੈ ਪਰ ਕਮਿਸ਼ਨਰ ਦਾ ਵੀ ਨਾਮ ਹੈ, ਸਾਡਾ ਵੈਦਿਕ ਸੰਸਕਾਰ ਵਟਕ ਦਾ ਵੀ ਨਾਮ ਹੈ, ਪਲੱਸ ਸਾਡੇ ਫੋਨ ਨੰਬਰ ਜਿੱਥੋਂ ਉਹ ਕੰਟੈਕਟ ਕਰਕੇ ਲੋਕ ਸਮੇਂ ਦਾ ਮੰਗਵਾ ਸਕਦੇ ਹੈ, ਉਹ ਵੀ ਸਾਰਾ ਲਿਖਿਆ ਹੋਇਆ ਉਹਦੇ ਕੋਲ। ਵੈਦਿਕ ਸੰਸਕਾਰ ਵਟਕਾ ਪਠਾਨਕੋਟ ਸ਼ਾਹਪੁਰ ਚੌਂਕ ਵਿੱਚ ਸ਼੍ਰੀ ਅਸ਼ੋਕ ਕੁਮਾਰ ਗੁਪਤਾ ਜੀ ਦੇ ਸੰਰਕਸ਼ਣ ਹੇਠ ਇਹ ਸਾਡੀ ਵੈਦਿਕ ਸੰਸਕਾਰ ਵਾਟਿਕਾ ਜਿਹੜੀ ਚੱਲ ਰਹੀ ਆ। ਬੱਚਿਆਂ ਨੂੰ ਇੱਥੇ ਅਸੀਂ ਭਾਰਤੀ ਸੰਸਕ੍ਰਿਤੀ ਦੇ ਨਾਲ ਜੋੜਨ ਦੇ ਨਾਲ ਨਾਲ ਪਰਸਨੈਲਿਟੀ ਡਿਵੈਲਪਮੈਂਟ ਉੱਤੇ ਕੰਮ ਕਰ ਰਹੇ ਹਾਂ। ਸਾਡੇ ਸੰਚਾਲਨ ਮੰਡਲ ਨੇ ਬੈਠ ਕੇ ਵਿਚਾਰ ਕੀਤੀ ਕਿ ਵਾਤਾਵਰਨ ਬਹੁਤ ਖਰਾਬ ਹੋ ਰਿਹਾ, ਪੇੜਾਂ ਦੀ ਕਟਾਈ ਹੋ ਰਹੀ ਆ, ਪੇੜ ਬਹੁਤ ਚਿਰ ਰਹਿਣੇ ਨਹੀਂ, ਇਸ ਕਰਕੇ ਕੋਈ ਇਹੋ ਜਿਹਾ ਉਪਰਾਲਾ ਕੀਤਾ ਜਾਵੇ ਜਿਸ ਨਾਲ ਪੇੜਾਂ ਨੂੰ ਕੱਟਣ ਤੋਂ ਬਚਿਆ ਜਾ ਸਕੇ। ਸੰਚਾਲਨ ਮੰਡਲ ਨੇ ਰਲ ਕੇ ਸਲਾਹ ਕੀਤੀ ਕਿ ਕਿਉਂ ਨਾ ਗੋਬਰ ਦੀਆਂ ਇਸ ਟਾਈਪ ਦੀਆਂ ਸੰਵਿਧਾ ਬਣਾਈਆਂ ਜਾਣ ਜਿਸ ਨਾਲ ਅਸੀਂ ਜਿਹੜੇ ਮਰਦੇ ਲੋਕ ਵਾ ਉਹਨਾਂ ਦੀਆਂ ਜਿਹੜੀਆਂ ਦੇਹਾਂ ਵਾ ਉਹਨਾਂ ਦਾ ਸੰਸਕਾਰ ਗੋਬਰ ਦੀਆਂ ਬਣੀਆਂ ਹੋਈਆਂ ਸੰਵਿਧਾ ਦੇ ਨਾਲ ਕਰ ਸਕੀਏ। ਪੂਰੀ ਸੋਚ ਵਿਚਾਰ ਤੋਂ ਬਾਅਦ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ। ਇੱਕ ਗੱਲ ਦੀ ਅਸੀਂ ਗਰੰਟੀ ਦੇ ਸਕਦੇ ਹਾਂ ਕਿ ਇਹ ਜਿਹੜੀਆਂ ਗੋਬਰ ਦੀਆਂ ਸੰਵਿਧਾ ਵਾਂ ਪਿਓਰ ਗਾਂ ਦੇ ਗੋਬਰ ਦੀਆਂ ਜਿਹੜੀਆਂ ਉਹ ਬਣਾਈਆਂ ਜਾਂਦੀਆਂ। ਗਊਸ਼ਾਲਾ ਵਿੱਚੋਂ ਸਿੱਧਾ ਗੋਬਰ ਇੱਥੇ ਲਿਆਂਦਾ ਜਾਂਦਾ ਅਤੇ ਮਸ਼ੀਨਾਂ ਦੁਆਰਾ ਇਹ ਸੰਵਿਧਾ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਸੁਕਾਉਣ ਤੋਂ ਬਾਅਦ ਇਹ ਅਸੀਂ ਲੋਕਾਂ ਨੂੰ ਜਿਹੜੇ ਪਰਪਜ਼ ਵਾਸਤੇ ਅਸੀਂ ਇਹ ਤਿਆਰ ਕੀਤੀਆਂ ਉਸ ਪਰਪਜ਼ ਵਾਸਤੇ ਸਪਲਾਈ ਕਰਦੇ ਹਾਂ। ਇਹਦੇ ਵਿੱਚ ਤੁਹਾਨੂੰ ਪਰਮਿਸ਼ਨ ਵੀ ਲੈਣੀ ਪਈ ਕਿਸੇ ਦੀ? ਇਹਦੇ ਵਿੱਚ ਅਸੀਂ DC ਸਾਹਿਬ ਨਾਲ ਵੀ ਮੁਲਾਕਾਤ ਕੀਤੀ ਆ, ਕਮੇਟੀ ਦੇ EO ਸਾਹਿਬ ਨਾਲ, MEO ਸਾਹਿਬ ਨਾਲ ਵੀ ਗੱਲ ਕੀਤੀ ਆ, ਉਹਨਾਂ ਨੇ ਸਾਡੀ ਇਸ ਗੱਲ ਦਾ ਬਹੁਤ ਸਮਰਥਨ ਕੀਤਾ। ਬਿਲਕੁਲ, ਨਗਰ ਨਿਗਮ ਵੱਲੋਂ ਸਾਨੂੰ 100% ਜਿਹੜਾ ਵਾ ਉਹ ਸਮਰਥਨ ਜਿਹੜਾ ਵਾ ਉਹ ਪ੍ਰਾਪਤ ਹੋਇਆ। ਉਹਨਾਂ ਨੇ ਉੱਥੇ ਸ਼ਮਸ਼ਾਨ ਘਾਟ ਦੇ ਲਾਗੇ ਇਸ ਦੇ ਫੇਵਰ ਦੇ ਵਿੱਚ ਇੱਕ ਬਹੁਤ ਵੱਡਾ ਬੋਰਡ ਜਿਹੜਾ ਵਾ ਲਾਇਆ ਤਾਂ ਕਿ ਲੋਕ ਇਸ ਚੀਜ਼ ਨੂੰ ਵੇਖ ਕੇ ਅਤੇ ਇਸ ਚੀਜ਼ ਵੱਲ ਉਤਸ਼ਾਹਿਤ ਹੋ ਸਕਣ।